ਸਾਨੂੰ ਉਹ ਮੰਤਰ ਦਾ ਬਾਬੇ ਦਾ ਪਤਾ ਲੱਗ ਗਿਆ ਕੀ ਮੰਤਰ ਮੰਤਰ ਹੁੰਦਾ ਹੈ ਜਾਨੀ ਤਰੀਕਾ ਉਹੀ ਮੰਤਰ ਮੈਂ ਰੱਸੀ ਦੇ ਉੱਤੇ ਪੜਨ ਲੱਗਿਆ ਇਹ ਰੱਸੀ ਆ ਜਿਹੜੀ ਸਿੱਧੀ ਖੜੀ ਹੋ ਗਈ ਆ ਤੇ ਇਹਦੇ ਉੱਤੇ ਸਾਡੇ ਕੋਲ ਇੱਕ ਜਾਦੂ ਦੀ ਛੜੀ ਹੁੰਦੀ ਆ ਜਦੋਂ ਇਹ ਇਸ ਤਰ੍ਹਾਂ ਜਾਦੂ ਦੀ ਛੜੀ ਨੂੰ ਕਮਾਉਂਦੇ ਆ ਤਾਂ ਮੰਤਰ ਦਾ ਅਸਰ ਹੈ ਜਿਹੜਾ ਉਹ ਖਤਮ ਹੋ ਜਾਂਦਾ ਮੈਨੂੰ ਇੱਕ ਬੰਦਾ ਮਿਲਿਆ ਉਹ ਕਹਿੰਦਾ ਮੈਂ ਉੱਥੇ ਗਿਆ ਉਹਨੇ ਐਡਾ ਵੱਡਾ ਚਾਕੂ ਲਿਆ ਜੀ ਮੇਰੇ ਪੇਟ ਦੇ ਵਿੱਚ ਮਾਰਿਆ ਕਹਿੰਦਾ ਮੈਂ ਕਿਹਾ ਵੀ ਮੈਂ ਤਾਂ ਮਰ ਗਿਆ ਪਰ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਜਦੋਂ ਉਹਨੇ ਬਾਹਰ ਕੱਢਿਆ ਐਡਾ ਵੱਡਾ ਚਾਕੂ ਸੀ ਮੇਰੇ ਪੇਟ 'ਚ ਵੀ ਚਲਾ ਗਿਆ ਤੇ ਮੈਨੂੰ ਨਾ ਕੋਈ ਦਰਦ ਹੋਇਆ ਨਾ ਕੋਈ ਤਕਲੀਫ ਹੋਈ ਇਹ ਤਲਵਾਰ ਹੈ ਜਿਹੜੀ ਇਹ ਮੇਰੇ ਪੇਟ ਤੱਕ ਚਲੀ ਜਾਊਗੀ ਇਹ ਸਿੱਧੀ ਮੈਂ ਆਪਣੇ ਗਲੇ 'ਚ ਉਤਾਰ ਲਵਾਂ ਉਹ ਕੀ ਕਰਦ ਨੇ ਇਸ ਤਰ੍ਹਾਂ ਆਪਣੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਉਹਨਾਂ ਨੇ ਪੂਰੀ ਤਲਵਾਰ ਨੂੰ ਆਪਣੇ ਗਲੇ ਦੇ ਵਿੱਚ ਉਤਾਰਤਾ ਹੈ ਇਦਾਂ ਹੀ ਕਈ ਦੇਖ ਲਓ ਪਹਿਲਾਂ ਦੇਖ ਲਓ ਵੀ ਖਾਲੀ ਹੈ ਦੇ ਵਿੱਚ ਕੋਈ ਚੀਜ਼ ਤਾਂ ਨਹੀਂ ਹਲਾ ਕੇ ਦੇਖ ਲਓ ਕੋਈ ਖੜਕਦੀ ਤਾਂ ਨਹੀਂ ਚੀਜ਼ ਠੀਕ ਹੈ ਦੇ ਨਾਲ ਹੈ ਜਿਹੜਾ ਦੀਵਾ ਇਹ ਜਗਣ ਲੱਗ ਪਿਆ ਇਹ ਹੁਣ ਜਿਹੜਾ ਕਾਰਡ ਹੈ ਇਹਦੇ ਵਿੱਚ ਹੈ ਇਹਦੇ ਉੱਤੇ ਮੈਂ ਜਾਣੀ ਜਾਦੂ ਦੀ ਛੜੀ ਕਮਾਇਆ ਹੱਥ ਕਮਾਇਆ ਤੇ ਫੂਕ ਮਾਰਨੀ ਆ ਫੂਕ ਮਾਰਦੇ ਸਾਰੇ ਜਿਹੜਾ ਪੱਤਾ ਇਹਦੇ ਵਿੱਚੋਂ ਗਾਇਬ ਹੋ ਜਾਣਾ ਇਹੋ মিডিਆ ਜਿਹੜਾ ਉਹ ਜਿਹਨੇ ਲੋਕਾਂ ਨੂੰ ਗਿਆਨ ਦੇ ਕੇ ਉਹਨਾਂ ਨੂੰ ਅੰਧਵਿਸ਼ਵਾਸ ਤੋਂ ਕੱਢਣਾ ਸੀ ਉਹ ਸਗੋਂ ਸਮਾਜ ਦੇ ਵਿੱਚ ਅੰਧਵਿਸ਼ਵਾਸ ਫੈਲਾਉਣ ਦੀ ਮਦਦ ਕਰਦਾ ਅਸਲ 'ਚ ਕੋਈ ਵੀ ਚੀਜ਼ ਨਾ ਗਾਇਬ ਕੀਤੀ ਜਾ ਸਕਦੀ ਐ ਨਾ ਪੈਦਾ ਕੀਤੀ ਜਾ ਸਕਦੀ ਸਤਿ ਸ਼ਕਾਲ ਪਿੰਡੂ ਨਿਊਜ਼ মিডিਆ ਦੇਖ ਰਹੇ ਹੋ ਤੁਸੀਂ ਤੇ ਮੈਂ ਵੀਰਪਾਲ ਸ਼ੇਰਗਿੱਲ ਦੁਨੀਆ ਤੇ ਅੱਜਕੱਲ੍ਹ ਪੜ੍ਹੇ ਲਿਖੇ ਲੋਕ ਬਹੁਤ ਨੇ ਪਰ ਫਿਰ ਵੀ ਪੜ੍ਹੇ ਲਿਖੇ ਲੋਕ ਵੀ ਤਾੰਤ੍ਰਿਕਾਂ ਦੀਆਂ ਜਾਂ ਫਿਰ ਜਾਦੂਗਰਾਂ ਦੀਆਂ ਗੱਲਾਂ ਦੇ ਵਿੱਚ ਫਸ ਜਾਂਦੇ ਨੇ ਬੜੀ ਹੀ ਚਲਾਕੀ ਦੇ ਨਾਲੇ ਤਾੰਤ੍ਰਿਕ ਪੋਲੇ ਪਾਲੇ ਲੋਕਾਂ ਨੂੰ ਤੇ ਪੜੇ ਲਿਖੇ ਲੋਕਾਂ ਨੂੰ ਵੀ ਆਪਣੀਆਂ ਗੱਲਾਂ ਦੇ ਵਿੱਚ ਫਸਾ ਲੈਂਦੇ ਨੇ ਤੇ ਕੁਝ ਅਜੀਹਾ ਕਰਦੇ ਨੇ ਕਿ ਉਹ ਲੋਕ ਉਹਨਾਂ ਤੇ ਵਿਸ਼ਵਾਸ ਕਰ ਲੈਂਦੇ ਨੇ ਕਿਵੇਂ ਤਾੰਤ੍ਰਿਕ ਪੋਲੇ ਪਾਲੇ ਲੋਕਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਫਸਾਉਂਦੇ ਨੇ ਉਹਦਾ ਇੱਕ ਛੋਟਾ ਜਿਹਾ ਨਮੂਨਾ ਅੱਜ ਤੁਹਾਨੂੰ ਦਿਖਾਵਾਂਗੇ ਇਸ ਇੰਟਰਵਿਊ ਦੇ ਵਿੱਚ ਕਿਵੇਂ ਇਹ ਤਾੰਤ੍ਰਿਕ ਪੋਲੇ ਪਾਲੇ ਲੋਕਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਫਸਾਉਂਦੇ ਨੇ ਤੇ ਉਹਨਾਂ ਨੂੰ ਬੇਬਕੂਬ ਬਣਾ ਲੈਂਦੇ ਨੇ ਸਾਡੇ ਨਾਲ ਰਾਮਕੁਮਾਰ ਜੀ ਨੇਗੇ ਜਿਨ੍ਹਾਂ ਤੋਂ ਜਾਣਾਂਗੇ ਕਿ ਕਿਵੇਂ ਭੋਲੇ ਭਾਲੇ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ ਹੈ ਪੜੇ ਲਿਖੇ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ ਹੈ ਰਾਮਕੁਮਾਰ ਜੀ ਸਵਾਗਤ ਹੈ ਤੁਹਾਡਾ ਪਿੰਡੂ ਨਿਊਜ਼ ਮੀਡੀਆ ਤੇ ਤੁਹਾਡਾ ਵੀ ਸਵਾਗਤ ਹੈ ਜੀ ਪਿੰਡ ਨਿਊਜ਼ ਮੀਡੀਆ ਦਾ ਵੀ ਸਵਾਗਤ ਹੈ ਤੁਸੀਂ ਲੋਕਾਂ ਨੂੰ ਬਹਿਮਾ ਭਰਮਾ ਚੋਂ ਕੱਢਣ ਦਾ ਉਪਰਾਲਾ ਕਰਦੇ ਹੋ ਧੰਨਵਾਦ ਇਹ ਸਭ ਤੋਂ ਪਹਿਲਾਂ ਮੈਨੂੰ ਇਹ ਹੀ ਦੱਸੋ ਕਿ ਤਾੰਤ੍ਰਿਕ ਨਾ ਬਹੁਤ ਅਜੇ ਹੀ ਕਰਾਮਾਤ ਕਰਕੇ ਦਿਖਾ ਦਿੰਦੇ ਨੇ ਕਿ ਲੋਕ ਉਹਨਾਂ ਤੇ ਵਿਸ਼ਵਾਸ ਕਰਨ ਲੱਗ ਜਾਂਦੇ ਨੇ ਜਿਹੜੇ ਲੋਕ ਵਿਸ਼ਵਾਸ ਵੀ ਨਹੀਂ ਕਰਦੇ ਹੁੰਦੇ ਉਹ ਵੀ ਕਰਨ ਲੱਗ ਜਾਂਦੇ ਨੇ ਕਈ ਵਾਰ ਕਹਿ ਦਿੰਦੇ ਨੇਗੇ ਕਿ ਬਾਬੇ ਨੇ ਤਾਂ ਉਹ ਗੱਲ ਪਤਾ ਕਰ ਲਈ ਜਿਹੜੀ ਸਾਡੇ ਘਰ ਦੇ ਵਿੱਚ ਸਿਰਫ ਸਾਨੂੰ ਪਤਾ ਸੀ ਹੋਰ ਕਿਸੇ ਨੂੰ ਨਹੀਂ ਸੀ ਪਤਾ ਅਸਲ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਜਿਹੜਾ ਸਾਡਾ ਸਮਾਜ ਹੈ ਸਿਸਟਮ ਹੈ ਉਹ ਪੈਸਾ ਪ੍ਰਧਾਨ ਸਮਾਜ ਹੈ ਇਹਦੇ ਵਿੱਚ ਪੈਸੇ ਦੀ ਜਾਇਜਾਕਾਰ ਹੈ ਮਿਹਨਤ ਦੀ ਕੋਈ ਹੋ ਨਹੀਂ ਜਿਹੜਾ ਮਿਹਨਤ ਕਰਦਾ ਉਹ ਗਰੀਬ ਹੋ ਰਿਹਾ ਜਿਹੜਾ ਮਿਹਨਤ ਨਹੀਂ ਕਰਦਾ ਅਮੀਰ ਹੈ ਜਿਹੜਾ ਉਹ ਹੋਰ ਅਮੀਰ ਹੋ ਰਿਹਾ ਜਿਹੜੇ ਗਰੀਬ ਲੋਕ ਨੇ ਉਹਨਾਂ ਦੀ ਬਹੁਤ ਸਾਰੀਆਂ ਸਮੱਸਿਆਵਾਂ ਨੇ ਕਰਜ਼ੇ ਦੀ ਸਮੱਸਿਆ ਮਹਿੰਗਾਈ ਦੀ ਸਮੱਸਿਆ ਇਲਾਜ ਮਹਿੰਗੇ ਨਹੀਂ ਕਰਾ ਸਕਦੇ ਉਹਨਾਂ ਦੀ ਸਮੱਸਿਆ ਉਹ ਫਿਰ ਕੋਈ ਨਾ ਕੋਈ ਭਾਲ ਦਿਆ ਵੀ ਕਿਤੇ ਨਾ ਕਿਤੇ ਕੋਈ ਚਮਤਕਾਰ ਹੋਵੇ ਉੱਥੇ ਸਾਡੀਆਂ ਸਮੱਸਿਆਵਾਂ ਦਾ ਹੱਲ ਹੋ ਜਾਏ ਉਹ ਫਿਰ ਬਾਬਿਆਂ ਵਾਲੇ ਰਸਤੇ ਤੇ ਚੱਲ ਪੈਂਦੇ ਨੇ ਉਹ ਜਿਹੜੇ ਚਮਤਕਾਰ ਹੁੰਦੇ ਨੇ ਉਹ ਕਿਵੇਂ ਹੁੰਦੇ ਨੇ ਹਾਂ ਜਿਹੜੇ ਬਾਬੇ ਨੇ ਉਹ ਇਸ ਤਰ੍ਹਾਂ ਦਾ ਇੱਕ ਦੋ ਜਾਦੂ ਦੇ ਟ੍ਰਿਕ ਸਿੱਖ ਕੇ ਉਹਨੂੰ ਚਮਤਕਾਰ ਦਾ ਨਾਮ ਲੈ ਕੇ ਲੋਕਾਂ ਦੇ ਆਪਣੀਆਂ ਡੇਰੇ ਦੇ ਵਿੱਚ ਭੀੜਾਂ ਵਧਾਉਣ ਵਾਸਤੇ ਇਦਾਂ ਦੇ ਉਹ ਕਰਦੇ ਨੇ ਜਿੱਦਾਂ ਇੱਕ ਪਿੰਡ ਦੇ ਵਿੱਚ ਇੱਕ ਬਾਬਾ ਆ ਗਿਆ ਉਹ ਲੋਕ ਇਕੱਠੇ ਹੋ ਗਏ ਉਹ ਕਹਿੰਦਾ ਮੈਂ ਮੱਕੇ ਮਦੀਨੇ ਤੋਂ ਆਇਆ ਲੋਕਾਂ ਨੇ ਸੋਚਿਆ ਵੀ ਕੋਈ ਚਮਤਕਾਰ ਕਰਕੇ ਦਿਖਾਉ ਅਸਲ ਦੇ ਵਿੱਚ ਧਰਤੀ ਦੇ ਉੱਤੇ ਚਮਤਕਾਰ ਤਾਂ ਕੋਈ ਨਹੀਂ ਹੁੰਦਾ ਕਟਨਾਵਾ ਬਾਪਰਦੇ ਹਨ ਹਰ ਕਟਨਾ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਉਹ ਲੋਕ ਇਕੱਠੇ ਹੋ ਗਏ ਵੀ ਕੋਈ ਚਮਤਕਾਰ ਕਰਕੇ ਦਿਖਾਉ ਉਸ ਨੇ ਕੀ ਕੀਤਾ ਇੱਕ ਰੱਸਾ ਲਿਆ ਰੱਸੇ ਦੇ ਉੱਤੇ ਮੰਤਰ ਮਾਰਿਆ ਤੇ ਉਹ ਰੱਸਾ ਹਵਾ ਦੇ ਵਿੱਚ 10 ਫੁੱਟ ਸਿੱਧਾ ਖੜਾ ਕਰਤਾ ਉਸੇ ਤਰ੍ਹਾਂ ਅਸੀਂ ਸਾਨੂੰ ਲੋਕ ਕਹਿਣ ਲੱਗੇ ਇਦਾਂ ਦਾ ਜਦ ਕੋਈ ਚਮਤਕਾਰ ਹੁੰਦਾ ਤਾਂ ਲੋਕ ਸਾਨੂੰ ਫਿਰ ਫੋਨ ਕਰਦੇ ਨੇ ਵੀ ਉਹ ਦੇਖੋ ਤੁਸੀਂ ਕਹਿੰਦੇ ਹੋ ਕੋਈ ਕਾਲਾ ਇਲਮ ਬੰਗਾਲ ਦਾ ਜਾਦੂ ਹੁੰਦਾ ਨਹੀਂ ਉਹ ਬੰਦਾ ਮੰਤਰ ਦੇ ਨਾਲ ਰਸਾ ਹਵਾ ਚ ਖੜਾ ਕਰ ਦਿੰਦਾ ਉਹੀ ਰੱਸੀ ਹੈ ਦੇਖੋ ਛੋਟੀ ਜੀ ਰੱਸੀ ਜਿਹੜੀ ਆਮ ਘਰਾਂ ਚ ਕੰਮ ਆਉਣ ਵਾਲੀ ਰੱਸੀ ਆ ਸਾਨੂੰ ਉਹ ਮੰਤਰ ਦਾ ਬਾਬੇ ਦਾ ਪਤਾ ਲੱਗ ਗਿਆ ਕੀ ਮੰਤਰ ਹੈ ਮੰਤਰ ਹੁੰਦਾ ਹੈ ਯਾਨੀ ਤਰੀਕਾ ਉਹੀ ਮੰਤਰ ਮੈਂ ਰੱਸੀ ਦੇ ਉੱਤੇ ਪੜਨ ਲੱਗਿਆ ਇਹ ਰੱਸੀ ਹੈ ਜਿਹੜੀ ਸਿੱਧੀ ਖੜੀ ਹੋ ਗਈ ਹੈ ਤੇ ਇਹਦੇ ਉੱਤੇ ਸਾਡੇ ਕੋਲ ਇੱਕ ਜਾਦੂ ਦੀ ਛੜੀ ਹੁੰਦੀ ਹੈ ਜਦੋਂ ਇਹ ਇਸ ਤਰ੍ਹਾਂ ਜਾਦੂ ਦੀ ਛੜੀ ਨੂੰ ਕਮਾਉਂਦੇ ਆ ਤਾਂ ਮੰਤਰ ਦਾ ਅਸਰ ਜਿਹੜਾ ਉਹ ਖਤਮ ਹੋ ਜਾਂਦਾ ਰੱਸੀ ਆ ਜਿਹੜੀ ਉਹ ਪਹਿਲਾਂ ਵਰਗੀ ਹੋ ਗਈ ਅਸਲ ਦੇ ਵਿੱਚ ਇਹ ਜਾਨੀ ਕੋਈ ਚਮਤਕਾਰ ਨਹੀਂ ਨਾ ਮੈਂ ਕੋਈ ਮੰਤਰ ਪੜ੍ਹਿਆ ਨਾ ਬਾਬੇ ਕੋਲ ਕੋਈ ਮੰਤਰ ਸੀ ਇਹ ਤਾਂ ਇੱਕ ਰੱਸੀ ਦੇ ਵਿੱਚ ਸਾਈਕਲ ਦੀ ਚੇਨ ਵਰਗੀ ਚੀਜ਼ ਪਾਈ ਹੋਈ ਹੈ ਜਜ ਮੋਟਰਸਾਈਕਲ ਜਾਂ ਸਾਈਕਲ ਦੀ ਚੇਨ ਜਿਹੜੀ ਇੱਕ ਸਾਈਡ ਏ ਸਾਈਡ ਨੂੰ ਮੁੜ ਜਾਂਦੀ ਹੈ ਏ ਸਾਈਡ ਨਹੀਂ ਮੁੜਦੀ ਇਹ ਦੇਖੋ ਏ ਸਾਈਡ ਤੋਂ ਮੁੜ ਜਾਂਦੀ ਹੈ ਇੱਕ ਸਾਈਡ ਤੋਂ ਇਹ ਇੱਕ ਸਾਈਡ ਤੋਂ ਨਹੀਂ ਹੁੰਦੀ ਬਸ ਇਹ ਇਹਨੂੰ ਮੰਤਰ ਕਹਿ ਲੋ ਜਾਂ ਇਹਨੂੰ ਚਮਤਕਾਰ ਕਹਿ ਦਿੰਦੇ ਨੇ ਉਹ ਇਸ ਤਰ੍ਹਾਂ ਕਰਕੇ ਹੁਣ ਇਹ ਵੀ ਜੇ ਮੈਂ ਇਦਾਂ ਘੁਮਾਵਾਂ ਤਾਂ ਪਤਾ ਲੱਗਦਾ ਵੀ ਘੁਮਾਉਣ ਨਾਲ ਇਹ نیچے ਨੂੰ ਚਲੀ ਗਈ ਹੈ ਤਾਂ ਮਤਲਬ ਇਹ ਰੱਸੀ ਦੇ ਵਿੱਚ ਕੋਈ ਫਿਰ ਅਸੀਂ ਧਿਆਨ ਜਿਹੜਾ ਦੂਸਰੇ ਪਾਸੇ ਲੈ ਲੈਂਦੇ ਆ ਜਾਦੂ ਦੀ ਛੜੀ ਵੱਲ ਜਾਂ ਬਾਬੇ ਕੋਈ ਗੱਲ ਵੱਲ ਕਾਰਕੜ ਦੂਜੇ ਹੱਥ ਵੱਲ ਧਿਆਨ ਦੇ ਦਿੰਦੇ ਨੇ ਤੇ ਹੀਰਾ ਫੇਰ ਹੀ ਇੱਧਰ ਹੁੰਦੀ ਆ ਤੇ ਧਿਆਨ ਇੱਧਰਲੇ ਪਾਸੇ ਲੈ ਜਾਂਦੇ ਨੇ ਇਹੇ ਕੰਮ ਇੱਥੇ ਬਾਬੇ ਕਰਦੇ ਨੇ ਵੀ ਹੀਰਾ ਫੇਰ ਹੀ ਇਸ ਧਰਤੀ ਤੇ ਹੋ ਰਹੀ ਆ ਜਿਹੜੀਆਂ ਉਹ ਸਮੱਸਿਆ ਨੇ ਉਹ ਸਾਡੇ ਸਿਸਟਮ ਚ ਨੁਕਸਾ ਪਰ ਉਹ ਸਾਡਾ ਧਿਆਨ ਉੱਪਰ ਪਿਛਲੇ ਜਨਮਾਂ ਚ ਲੈ ਜਾਂਦੇ ਨੇ ਕਹਿੰਦੇ ਨੇ ਤੁਹਾਡੇ ਕਰਮਾਂ ਚ ਨੁਕਸਾ ਹੋਰ ਬਹੁਤ ਕੁਝ ਕਰਦੇ ਨੇਗੇ ਉਹ ਜਿਹੜੇ ਤਾਤ੍ਰਿਕ ਬਾਬੇ ਹੁੰਦੇ ਨੇ ਤੇ ਭੋਲੇ-ਭਾਲੇ ਲੋਕਾਂ ਤੋਂ ਬਹੁਤ ਪੈਸੇ ਠੱਗ ਲੈਂਦੇ ਨੇਗੇ ਉਹ ਕਿਵੇਂ ਕਰਦੇ ਨੇਗੇ ਬਾਕੀ ਹੋਰ ਟਰਿਕ ਵੀ ਸਾਨੂੰ ਕਰਕੇ ਦਿਖਾਓ ਹਾਂ ਇਦਾਂ ਕਰਕੇ ਉਹਨਾਂ ਉਹਨਾਂ ਕੋਲੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਵੀ ਇੱਕ ਬਾਬਾ ਉਹ ਕੀ ਕਰਦਾ ਜਦੋਂ ਕੋਈ ਉਹਦੇ ਕੋਲ ਇਲਾਜ ਕਰਾਉਣ ਜਾਂਦਾ ਹੈ ਉਹਦੇ ਚਾਕੂ ਮਾਰਦਾ ਬਸ ਉਹ ਕਹਿੰਦਾ ਚਾਕੂ ਮਾਰਦਾ ਉਹਦੇ ਨਾਲ ਸਾਰੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ ਮੈਨੂੰ ਇੱਕ ਬੰਦਾ ਮਿਲਿਆ ਉਹ ਕਹਿੰਦਾ ਮੈਂ ਉੱਥੇ ਗਿਆ ਉਹਨੇ ਐਡਾ ਵੱਡਾ ਚਾਕੂ ਲਿਆ ਜੀ ਮੇਰੇ ਪੇਟ ਦੇ ਵਿੱਚ ਮਾਰਿਆ ਕਹਿੰਦਾ ਮੈਂ ਕਿਹਾ ਵੀ ਮੈਂ ਤਾਂ ਮਰ ਗਿਆ ਪਰ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਜਦੋਂ ਉਹਨੇ ਬਾਹਰ ਕੱਢਿਆ ਐਡਾ ਵੱਡਾ ਚਾਕੂ ਸੀ ਮੇਰੇ ਪੇਟ 'ਚ ਵੀ ਚਲਾ ਗਿਆ ਤੇ ਮੈਨੂੰ ਨਾ ਕੋਈ ਦਰਦ ਹੋਇਆ ਨਾ ਕੋਈ ਤਕਲੀਫ ਹੋਈ ਤੇ ਬੜਾ ਕਰਨੀ ਵਾਲਾ ਬਾਬਾ ਵੀ ਉਹ ਸਾਰੀਆਂ ਬਿਮਾਰੀਆਂ ਠੀਕ ਕਰਦਾ ਅਸਲ ਦੇ ਵਿੱਚ ਉਹ ਜਿਹੜਾ ਉਹਦਾ ਚਾਕੂ ਹੁੰਦਾ ਉਹਦੇ ਵਿੱਚ ਪਿਛਲੇ ਪਾਸੇ ਸਪ੍ਰਿੰਗ ਲੱਗਿਆ ਹੁੰਦਾ ਉਹ ਚਾਕੂ ਹੈ ਜਿਹੜਾ ਉਹਦੇ ਵਿੱਚ ਅੰਦਰ ਮੁਠੇ ਦੇ ਵਿੱਚ ਚਲਿਆ ਜਾਂਦਾ ਨਾ ਕਿ ਕਿਸੇ ਦੇ ਪੇਟ ਦੇ ਵਿੱਚ ਚਲਿਆ ਜਾਂਦਾ ਇਸੇ ਤਰ੍ਹਾਂ ਦਾ ਹੋ ਕਰਕੇ ਕਈ ਬਾਬੇ ਨੇ ਜਿਹੜੇ ਉਹ ਕਹਿੰਦੇ ਨੇ ਮੈਂ ਇਹ ਤਲਵਾਰ ਹੈ ਜਿਹੜੀ ਇਹ ਮੇਰੇ ਪੇਟ ਤੱਕ ਚਲੀ ਜਾਊਗੀ ਇਹ ਸਿੱਧੀ ਮੈਂ ਆਪਣੇ ਗਲੇ 'ਚ ਉਤਾਰ ਲਵਾਂ ਉਹ ਕੀ ਕਰਦਨੇ ਇਸ ਤਰ੍ਹਾਂ ਆਪਣੇ ਤੁਸੀਂ ਦੇਖ ਸਕਦੇ ਹੋ ਕਿ ਰਾਮਕੁਮਾਰ ਜੀ ਪੂਰੀ ਤਲਵਾਰ ਨੂੰ ਆਪਣੇ ਮੂੰਹ ਦੇ ਅੰਦਰ ਗਲੇ ਦੇ ਅੰਦਰ ਧੱਕਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਉਹ ਸਾਰੀ ਤਲਵਾਰ ਨੂੰ ਆਪਣੇ ਗਲੇ ਦੇ ਵਿੱਚ ਉਹਨਾਂ ਨੇ ਉਤਾਰ ਦਿੱਤਾ ਹੈ ਤੁਸੀਂ ਦੇਖ ਸਕਦੇ ਹੋਗੇ ਕਿ ਕਿਵੇਂ ਉਹਨਾਂ ਨੇ ਪੂਰੀ ਤਲਵਾਰ ਨੂੰ ਆਪਣੇ ਗਲੇ ਦੇ ਵਿੱਚ ਉਤਾਰਤਾ ਹੈ ਇਦਾਂ ਹੀ ਕਈ ਬਾਬੇ ਕਰਦੇ ਨੇਗੇ ਜਿਹੜੇ ਭੋਲੇ ਭਾਲੇ ਲੋਕਾਂ ਨੂੰ ਮੂਰਖ ਬਣਾਉਂਦੇ ਨੇ ਅਤੇ ਕਹਿ ਦਿੰਦੇ ਨੇ ਤਲਵਾਰ ਨੂੰ ਅਸੀਂ ਆਪਣੇ ਪੂਰੇ ਮੂੰਹ ਦੇ ਵਿੱਚ ਨੰਗਾ ਲਿਆ ਹੈਗਾ ਅਸੀਂ ਅੰਦਰ ਆਪਣੇ ਗਲੇ ਦੇ ਵਿੱਚ ਨੰਗਾ ਲਿਆ ਤੇ ਸਾਨੂੰ ਕੋਈ ਵੀ ਫਰਕ ਨਹੀਂ ਪਿਆ ਅਸੀਂ ਬਹੁਤ ਚਮਤਕਾਰੀ ਬਾਬੇ ਇਹ ਇਦਾਂ ਬਹੁਤ ਲੋਕ ਇਦਾਂ ਦੀਆਂ ਗੱਲਾਂ ਕਰਕੇ ਭੋਲੇ-ਪਾਲੇ ਲੋਕਾਂ ਨੂੰ ਮੂਰਖ ਬਣਾਉਂਦੇ ਨੇ ਅਤੇ ਸਾਡੇ ਸਭ ਤੋਂ ਵੱਡੀ ਗੱਲ ਤੇ ਸਭ ਤੋਂ ਵੱਡੀ ਕਮੀ ਸਾਡੇ ਲੋਕਾਂ ਦੇ ਵਿੱਚ ਹੈ ਜਿਹੜੇ ਉਹਨਾਂ ਦੀਆਂ ਗੱਲਾਂ ਸੁਣ ਕੇ ਮੂਰਖ ਬਣ ਜਾਂਦੇ ਨੇਗੇ ਤੇ ਉਹ ਕਿਸ ਤਰ੍ਹਾਂ ਕਰਦੇ ਨੇਗੇ ਇਹ ਵੀ ਜਾਣਾਂਗੇ ਰਾਮਕੁਮਾਰ ਜੀ ਤੋਂ ਜੋ ਉਹਨਾਂ ਨੇ ਬਿਲਕੁਲ ਆਪਾਂ ਨੂੰ ਹੂ ਬੂ ਕਰਕੇ ਦਿਖਾਇਆ ਹੈ ਇਹ ਕਿਸ ਤਰ੍ਹਾਂ ਕੀਤਾ ਤੇ ਮੈਂ ਵੀ ਇਹ ਹੈਰਾਨ ਹੋਊਗੀ ਦੇਖ ਕੇ ਕਿ ਤੁਸੀਂ ਤਲਵਾਰ ਨੂੰ ਆਪਣੇ ਗਲੇ ਅੰਦਰ ਤੱਕ ਲਿਆ ਇਹ ਨਾ ਤਾਂ ਮੈਂ ਤਲਵਾਰ ਨੂੰ ਆਪਣੇ ਗਲੇ ਤੋਂ نیچے ਉਤਾਰ ਸਕਦਾ ਨਾ ਕੋਈ ਬੰਦਾ ਜਾਨੀ ਜਿਹੜਾ ਆਮ ਮਨੁੱਖ ਨਹੀਂ ਕਰ ਸਕਦਾ ਜੋ ਕੰਮ ਤੁਸੀਂ ਨਹੀਂ ਕਰ ਸਕਦੇ ਉਹ ਮੈਂ ਵੀ ਨਹੀਂ ਕਰ ਸਕਦਾ ਇਹਦੇ ਵਿੱਚ ਵੀ ਉਹ ਚਾਕੂ ਦੀ ਤਰ੍ਹਾਂ 헤ਰਾ ਫੇਰੀ ਆ ਇਹ ਵੀ ਇਕੱਠੀ ਹੋ ਜਾਂਦੀ ਹੈ ਫੋਲਡ ਹੋ ਜਾਂਦੀ ਹੈ ਉਹ ਜਿਹੜੀ ਮੂੰਹ ਦੇ ਵਿੱਚ ਇਸ ਦੇ ਵਿੱਚ ਹੀ ਰਹਿੰਦੀ ਹੈ ਪੇਟ ਦੇ ਵਿੱਚ ਨਹੀਂ ਜਾਂਦੀ ਤੇ ਹੋਰ ਵੀ ਬਹੁਤ ਕੁਝ ਕਰ ਦਿੰਦੇ ਨੇ ਪਾਣੀ ਨਾਲ ਦੀਵੇ ਜਲਾ ਦਿੰਦੇ ਨੇਗੇ ਜਾਂ ਕੋਈ ਚੀਜ਼ਾਂ ਗਾਇਬ ਕਰ ਦਿੰਦੇ ਨੇਗੇ ਉਹ ਕਿਵੇਂ ਕਰਦੇ ਹਾਂਜੀ ਇਹ ਦੇਖੋ ਦੀਵਾ ਉਸ ਨੂੰ ਇਹ ਕਰਾਮਾਤ ਇਦਾਂ ਹੀ ਕਹਿੰਦੇ ਨੇ ਇਹ ਚੀਜ਼ਾਂ ਦੇਖ ਕੇ ਲੋਕ ਨੇ ਜਿਹੜੇ ਉਹਨਾਂ ਵੱਲ ਜਾਂਦੇ ਨੇ ਤੇ ਉਹ ਲੋਕ ਤਾਂ ਪੈਸੇ ਲਈ ਜਾਂਦੇ ਨੇ ਤੇ ਕੁਝ ਲੋਕ ਠੀਕ ਹੋ ਜਾਂਦੇ ਨੇ ਠੀਕ ਹੋਣ ਦਾ ਕਾਰਨ ਇਹ ਹੈ ਵੀ ਸਾਡਾ ਸਰੀਰ ਹੈ ਜਿਹੜਾ ਉਹ ਆਟੋਮੈਟਿਕ ਹਰ ਬਿਮਾਰੀ ਨੂੰ ਠੀਕ ਕਰਨ ਦੇ ਸਮਰੱਥ ਹੈ 98% ਬਿਮਾਰੀਆਂ ਜੇ ਸਾਰੇ ਹਸਪਤਾਲ ਇਹ ਬੰਦ ਹੋ ਜਾਣ ਤਾਂ 97 98% ਲੋਕੋ ਠੀਕ ਹੋ ਜਾਣਗੇ ਸਿਰਫ 1-2% ਜਿਹੜੀ ਮੌਤ ਹੁੰਦੀ ਆ ਉਹ ਮੈਡੀਕਲ ਸਾਇੰਸ ਦੀ ਮਦਦ ਨਾਲ ਬਚਾਇਆ ਜਾ ਸਕਦਾ ਲੋਕਾਂ ਨੂੰ ਮੌਤ ਤੋਂ ਤੇ ਉਹ ਠੀਕ ਆਪਣੇ ਆਪ ਹੋ ਜਾਂਦੇ ਨੇ ਜਿਹੜਾ ਉਹ ਨੌ ਬਾਬਿਆਂ ਦਾ ਲੱਗ ਜਾਂਦਾ ਯਾਨੀ ਬਹੁਤ ਸਾਰੀਆਂ ਬਿਮਾਰੀਆਂ ਸਾਡਾ ਸਰੀਰ ਆਪਣੇ ਆਪ ਠੀਕ ਕਰ ਲੈਂਦਾ ਹੁਣ ਇਹ ਇੱਕ ਮੇਰੇ ਕੋਲ ਦੀਵਾ ਇਹ ਜਿਦਾਂ ਦੇਖੋ ਟਕਣਾ ਇਹ ਖਾਲੀ ਆ ਇਹ ਦੀਵਾ ਜਗਾਉਣ ਵਾਸਤੇ ਸਾਨੂੰ ਇੱਕ ਮਾਚਸ ਦੀ ਲੋੜ ਹੈ ਇਹਦੇ ਵਿੱਚ ਤੇਲ ਮਿੱਟੀ ਦਾ ਤੇਲ ਪਾਉਣਾ ਪਊਗਾ ਤੇ ਇੱਕ ਇਹਦੇ ਵਿੱਚ ਬੱਤੀ ਪਾਉਣੀ ਪਊ ਹੁਣ ਬਾਬੇ ਕੀ ਕਹਿੰਦੇ ਨੇ ਵੀ ਮੇਰੇ ਕੋਲ ਨਾ ਤੇਲ ਹੈ ਨਾ ਬੱਤੀ ਹੈ ਮੇਰੇ ਕੋਲ ਸਿਰਫ ਮੰਤਰ ਹੈ ਉਹ ਮੰਤਰ ਕੀ ਹੈ ਦੇਖੋ ਤੁਸੀਂ ਇਹ ਗਲਾਸ ਅੱਧਾ ਗਲਾਸ ਪਾਣੀ ਦਾ ਪੀਓ ਇਹਦੇ ਵਿੱਚੋਂ ਤਾਂ ਕਿ ਦਰਸ਼ਕਾਂ ਨੂੰ ਪਤਾ ਲੱਗ ਜੇ ਵੀ ਉਹਨਾਂ ਨੇ ਜਿਹੜਾ ਪਾਣੀ ਆ ਜਿਹੜਾ ਉਹ ਪੀਤਾ ਏ ਤੁਸੀਂ ਪਾਣੀ ਦਾ ਅੱਧਾ ਗਲਾਸ ਪੀ ਲਿਆ ਹੁਣ ਇਹ ਪਾਣੀ ਤੁਸੀਂ 1 ਮਿੰਟ ਇਹ ਮੈਂ ਇੱਕ ਮੈਨੂੰ ਫੜਾ ਦੋ ਇਹ ਪਾਣੀ ਇਹ ਦੀਵੇ ਦੇ ਵਿੱਚ ਪਾਓ ਦੇਖ ਲਓ ਪਹਿਲਾਂ ਦੇਖ ਲਓ ਵੀ ਖਾਲੀ ਹੈ ਦੇ ਵਿੱਚ ਕੋਈ ਚੀਜ਼ ਤਾਂ ਨਹੀਂ ਹਿਲਾ ਕੇ ਦੇਖ ਲਓ ਕੋਈ ਖੜਕਦੀ ਤਾਂ ਨਹੀਂ ਚੀਜ਼ ਠੀਕ ਹੈ ਇਹ ਬਸ ਜੀ ਇਹ ਹੁਣ ਮੈਂ ਪਾਣੀ ਪਾ ਦਿੱਤਾ ਹੈ ਗਦੀਵੇ ਦੇ ਵਿੱਚ ਦੇ ਵਿੱਚ ਦੀਵੇ ਦੇ ਵਿੱਚ ਪਾਣੀ ਪਾਤਾ ਇਹਦਾ ਜਿਹੜਾ ਢੱਕਣ ਹੈ ਮੈਂ ਇਸ ਦੇ ਉੱਪਰ ਲਾ ਦੇਣਾ ਇਹ ਦੇਖੋ ਇਹ ਢੱਕਣ ਹੈ ਜਿਹੜਾ ਇਸ ਦਾ ਲਾ ਦਿੱਤਾ ਤੇ ਹੁਣ ਆਪਾਂ ਇਸ ਨੂੰ ਅੱਗ ਲਾਉਣੀ ਹੈ ਇਹ ਦੇਖੋ ਪਾਣੀ ਦੇ ਨਾਲ ਹੈ ਜਿਹੜਾ ਦੀਵਾ ਇਹ ਜਗਣ ਲੱਗ ਪਿਆ ਬਸ ਇਦਾਂ ਦਾ ਇੱਕ ਟ੍ਰਿਕੀ ਬਾਧੂ ਹੁੰਦਾ ਬਾਬਾ ਬਣ ਲੈ ਤੇ ਲੋਕਾਂ ਦੀਆਂ ਭੀੜਾਂ ਵਧਾਉਣ ਵਾਸਤੇ ਇਕੱਠੇ ਕਰਨ ਵਾਸਤੇ ਇਸ ਤਰ੍ਹਾਂ ਦੇ ਚਮਤਕਾਰ ਨੇ ਜਿਹੜੇ ਬਾਬੇ ਕਰਦੇ ਰਹਿੰਦੇ ਨੇ ਇੱਕ ਵਾਰੀ ਦੱਖਣ ਦੇ ਵਿੱਚ ਇੱਕ ਮੈਂ ਸਾਇੰਸ ਪੰਜਾਬ ਸਟੇਟ ਕਾਉਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਦੀ ਕਿਤਾਬ ਸੀ ਉਹਦਾ ਨਾਮ ਨਹੀਂ ਮੇਰੇ ਯਾਦ ਪੰਜਾਬੀ ਦੇ ਵਿੱਚ ਉਹਦੇ ਵਿੱਚ ਮੈਂ ਇੱਕ ਸਟੋਰੀ ਪੜ੍ਹੀ ਵੀ ਦੱਖਣ ਦੇ ਵਿੱਚ ਇੱਕ ਧਾਰਮਿਕ ਸਥਾਨ ਦੇ ਵਿੱਚ ਦੋ ਈਲਾਂ ਦੁਪਹਿਰ ਨੂੰ 12 ਵਜੇ ਆਉਂਦੀਆਂ ਨੇ ਤੇ ਉਹ ਪ੍ਰਸ਼ਾਦ ਖਾ ਕੇ ਆਪਣੀਆਂ ਚਲੇ ਜਾਂਦੀਆਂ ਹਰ ਰੋਜ਼ 12 ਵਜੇ ਸਹੀ ਟਾਈਮ ਤੇ ਉਹਨਾਂ ਨੇ ਆਉਣਾ ਤੇ ਉੱਥੇ ਪ੍ਰਸ਼ਾਦ ਰੱਖਿਆ ਹੋਣਾ ਤਾਂ ਉਹ ਖਾ ਕੇ ਉੱਡ ਜਾਂਦੀਆਂ ਸੀ ਤੇ ਉਹ ਕਹਿੰਦਾ ਸੀ ਤਾਂ ਜਾਨੀ ਉਹਨੂੰ ਕਿਸੇ ਉਹਦੇ ਨਾਲ ਧਰਮ ਨਾਲ ਜਿਹੜਾ ਉਸ ਦਾ ਧਾਰਮਿਕ ਸਥਾਨ ਦਾ ਉਹ ਸੀ ਮੁਖੀ ਉਸ ਨੇ ਉਹਦੇ ਨਾਲ ਜੋੜਿਆ ਹੋਇਆ ਸੀ ਪਰ ਜਦੋਂ ਅਸੀਂ ਵਿਗਿਆਨੀਆਂ ਨੇ ਤਹਿਕੀਕਾਤ ਕੀਤੀ ਉਹਦੀ ਪੜਤਾਲ ਕੀਤੀ ਤਾਂ ਪਤਾ ਲੱਗਿਆ ਜਿਹੜਾ ਉਹ ਉਹਦਾ ਪੁਜਾਰੀ ਸੀ ਉਹਨੇ ਲਦੇ ਆਲਣ ਚ ਦੋ ਬੱਚੇ ਚੋਰਾ ਲਿਆਂਦੇ ਚੱਕ ਲਿਆਂਦੇ ਛੋਟੇ ਛੋਟੇ ਉਹਨਾਂ ਨੂੰ ਜਿਹੜੀ ਫੀਡ ਦਿੰਦਾ ਸੀ ਉਹਦੇ ਵਿੱਚ ਥੋੜੀ ਜਿਹੀ ਫੀਮ ਨਸ਼ਾ ਸੀ ਜਿਹੜਾ ਉਹ ਹਰ ਰੋਜ਼ ਖਾਣ ਨੂੰ ਦਿੱਤਾ ਜਾਂਦਾ ਸੀ 12 ਵਜੇ ਉਹ ਜਦੋਂ ਬੱਚੇ ਵੱਡੇ ਹੋਏ ਉਹ ਫੀਮ ਖਾਣ ਦੇ ਆਦੀ ਹੋ ਗਏ ਉਹਨਾਂ ਦੇ 12 ਵਜੇ ਜਾਨੀ ਸਰੀਰ ਤੇ ਜਿਹੜਾ ਉਹ ਟੁੱਟਦਾ ਤੇ ਥਕਾਵਟ ਮਹਿਸੂਸ ਹੁੰਦੀ ਸੀ ਤੇ ਉਹ ਆ ਕੇ ਉਹ ਪ੍ਰਸ਼ਾਦ ਦੇ ਵਿੱਚੋਂ ਫੀਮ ਰਲਾਈ ਹੁੰਦੀ ਸੀ ਉਹ ਆ ਕੇ ਫੀਮ ਖਾ ਕੇ ਉਹ ਫੇਰ ਚਲੇ ਜਾਂਦੇ ਸੀ ਇਦਾਂ ਦਾ ਜਾਨੀ ਉਹ ਕਰਕੇ ਜਾਨੀ ਕੋਈ ਬੰਦਾ ਧਾਰਮਿਕ ਨਿੱਜੀ ਮਾਮਲਾ ਹੈ ਬੰਦਾ ਜਿਸ ਮਰਜ਼ੀ ਧਰਮ ਨੂੰ ਮੰਨੇ ਜਿੱਥੇ ਮਰਜ਼ੀ ਜਾਵੇ ਪਰ ਜੇ ਕੋਈ ਬੰਦਾ ਆਪਣੀ ਭੀੜ ਵਧਾਉਣ ਵਾਸਤੇ ਲੋਕਾਂ ਦਾ ਇਕੱਠ ਵਧਾਉਣ ਵਾਸਤੇ ਇਸ ਤਰ੍ਹਾਂ ਦੀ ਉਹ ਕਰਦਾ ਹੈ ਤਾ ਫਿਰ ਉਹ ਇਸ ਤਰ੍ਹਾਂ ਦੇ ਜਿਹੜੇ ਪਖੰਡ ਨੇ ਜਿਹੜੇ ਅਸੀਂ ਨੰਗੇ ਕਰਦੇ ਆਂ ਲੋਕਾਂ ਨੂੰ ਦੱਸਦੇ ਆਂ ਵੀ ਇਹਦੇ ਵਿੱਚ ਅਸਲ ਦੇ ਵਿੱਚ ਇਹ ਕਾਰਨ ਸਾਡੇ ਲੋਕ ਅੱਜਕੱਲ ਸਭ ਤੋਂ ਵੱਧ ਉਹਨਾਂ ਦੀ ਸਾਰਿਆਂ ਤੋਂ ਵੱਡੀ ਗਲਤੀ ਉਹਨਾਂ ਦੀ ਖੁਦ ਹੀ ਹੁੰਦੀ ਹੈ ਕਿ ਉਹ ਮੂਰਖ ਬਣਦੇ ਨੇਗੇ ਜਦਕਿ ਉਹ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਮੂਰਖ ਬਣਦੇ ਨੇ ਤੇ ਤਾੰਤ੍ਰਿਕਾਂ ਦੀਆਂ ਗੱਲਾਂ ਦੇ ਵਿੱਚ ਫਸਦੇ ਹਾਂਜੀ ਉਹ ਫਿਰ ਅਗਿਆਨਤਾ ਜਣੀ ਇੱਕ ਤਾਂ ਸਾਡੇ ਸਿਸਟਮ ਦੇ ਵਿੱਚ ਹੀ ਇਹ ਆ ਵੀ ਸਮਾਜ ਦੇ ਵਿੱਚ ਇਹ ਅੰਧਵਿਸ਼ਵਾਸ ਐਨਟੀਵੀ মিডিਆ ਇਸ ਨੂੰ ਹੋਰ ਫੈਲਾਉਣ ਵਿੱਚ ਮਦਦ ਕਰ ਰਿਹਾ ਹਾਲਾਂਕਿ ਟੈਲੀਵਿਜ਼ਨ ਦਾ ਮਕਸਦ ਆਇਤੀ ਸਮਾਜ ਨੂੰ ਅਗਿਆਨਤਾ ਦੇ ਵਿੱਚੋਂ ਕੱਢੇ ਪਰ ਇਹਦੇ ਵਿੱਚ ਤਾਂ ਆਪੇ ਇਸ ਤਰ੍ਹਾਂ ਦੀ ਐਡਾਂ ਇਸ ਤਰ੍ਹਾਂ ਦੇ ਬਾਬੇ ਬੈਠੇ ਨੇ ਜਿਹੜੇ ਕੋਈ ਸੁਰੱਖਿਆ ਕਵਚ ਵੇਚ ਰਿਹਾ ਵੀ ਤੁਹਾਡੀ ਸੁਰੱਖਿਆ ਕਰੇਗਾ ਕੋਈ ਪੈਸੇ ਵਧਾਉਣ ਵਾਲਾ ਦੱਸ ਰਿਹਾ ਵੀ ਇਹਦੇ ਨਾਲ ਤੁਹਾਡੇ ਆਮਦਨਾਂ ਜਿਹੜੇ ਪੈਸੇ ਵਧਣਗੇ ਕੋਈ ਬਿਮਾਰੀਆਂ ਦਾ ਇਲਾਜ ਦੱਸ ਰਿਹਾ ਕਿਸੇ ਚੀਜ਼ ਨਾਲ ਵੀ ਨਾਗ ਪਾ ਲੋ ਉਠੀ ਪਾ ਲੋ ਪੱਥਰ ਪਾ ਲੋ ਇਹਦੇ ਨਾਲ ਤੁਹਾਡਾ ਬਿਮਾਰੀ ਠੀਕ ਹੋ ਜਾਊਗੀ ਜਾਨੀ ਉਹ মিডিਆ ਜਿਹੜਾ ਉਹ ਜਿਨੇ ਲੋਕਾਂ ਨੂੰ ਗਿਆਨ ਦੇ ਕੇ ਉਹਨਾਂ ਨੂੰ ਅੰਧਵਿਸ਼ਵਾਸ ਤੋਂ ਕੱਢਣਾ ਸੀ ਉਹ ਸਗੋਂ ਸਮਾਜ ਦੇ ਵਿੱਚ ਅੰਧਵਿਸ਼ਵਾਸ ਫਲਾਉਣ ਦੀ ਮਦਦ ਕਰ ਰਿਹਾ ਇੱਕ ਹੋਰ ਇਹ ਕੁਝ ਹੈ ਤੁਹਾਡੇ ਹੱਥ ਦੇ ਵਿੱਚ ਇਹਦੇ ਨਾਲ ਵੀ ਤੁਸੀਂ ਕੋਈ ਟ੍ਰਿਕ ਕਰਕੇ ਦਿਖਾਓਗੇ ਹਾਂਜੀ ਇਹ ਇਸ ਦੇ ਵਿੱਚ ਇਹ ਦੇਖੋ ਇਹ ਫਰੇਮ ਹੈ ਇਹਦੇ ਵਿੱਚ ਮੈਂ ਇਹ ਪੱਤਾ ਪਾਇਆ ਕਾਰਡ ਹੈ ਵੱਡਾ ਇਹ ਫਰੇਮ ਦੇ ਵਿੱਚ ਹੁਣ ਪਾਨ ਦੀ ਬੇਗਮ ਹੈ ਇਹ ਜਿਹੜੀ ਪਾਈ ਹੈ ਇਸ ਤਰ੍ਹਾਂ ਹੁਣ ਇਸ ਨੂੰ ਕੀ ਕਰਨਾ ਇਸ ਫਰੇਮ ਦੇ ਵਿੱਚ ਪਾ ਦੇਣਾ ਇਹ ਜਿਹੜਾ ਕਾਰਡ ਆਪਾਂ ਇਹਦੇ ਵਿੱਚ ਪਾਇਆ ਸੀ ਇਹ ਹੁਣ ਫਰੇਮ ਹੈ ਜਿਹੜਾ ਫਰੇਮ ਦੇ ਵਿੱਚ ਪਾਇਆ ਸੀ ਇਹ ਫਰੇਮ ਦੇ ਵਿੱਚ ਇਹ ਆਪਣਾ ਫਰੇਮ ਨੂੰ ਇਹ ਕਵਰ ਦੇ ਵਿੱਚ ਪਾਇਆ ਇਹ ਹੁਣ ਕਵਰ ਦੇ ਵਿੱਚੋਂ ਇਸ ਤਰ੍ਹਾਂ ਫਰੇਮ ਹੈ ਜਿਹੜਾ ਹੋ ਕੱਢ ਲਿਆ ਇਹ ਹੁਣ ਜਿਹੜਾ ਕਾਰਡ ਹੈ ਇਹਦੇ ਵਿੱਚ ਹੈ ਇਹਦੇ ਉੱਤੇ ਮੈਂ ਜਾਣੀ ਜਾਦੂ ਦੀ ਛੜੀ ਕਮਾਇਆ ਹੱਥ ਕਮਾਇਆ ਤੇ ਫੂਕ ਮਾਰਨੀ ਆ ਫੂਕ ਮਾਰਦੇ ਸਾਰੇ ਜਿਹੜਾ ਪੱਤਾ ਇਹਦੇ ਵਿੱਚੋਂ ਗਾਇਬ ਹੋ ਜਾਣਾ ਇਹ ਦੇਖੋ ਇਹ ਪੱਤਾ ਜਿਹੜਾ ਇਹਦੇ ਵਿੱਚ ਪਾਇਆ ਸੀ ਉਹ ਗਾਇਬ ਹੋ ਗਿਆ ਇਹ ਇਸ ਤਰ੍ਹਾਂ ਦੀਆਂ ਹੇਰਾ ਫੇਰੀਆਂ ਕਰਕੇ ਲੋਕਾਂ ਨੂੰ ਕਈ ਵਾਰੀ ਜਾਨੀ ਚਮਤਕਾਰ ਦਾ ਨਾਮ ਦਿੱਤਾ ਜਾਂਦਾ ਵੀ ਬਾਬੇ ਕੋਲੇ ਬਹੁਤ ਚਮਤਕਾਰ ਹੈ ਉਹ ਤਾਂ ਚੀਜ਼ ਗਾਇਬ ਕਰ ਦਿੰਦਾ ਅਸਲ 'ਚ ਕੋਈ ਵੀ ਚੀਜ਼ ਨਾ ਗਾਇਬ ਕੀਤੀ ਜਾ ਸਕਦੀ ਐ ਨਾ ਪੈਦਾ ਕੀਤੀ ਜਾ ਸਕਦੀ ਛੁਪਾਈ ਜਾ ਸਕਦੀ ਐ ਇਹ ਵੀ ਛੁਪਾਈ ਹੋਈ ਆ ਹੁਣ ਇਹਦੇ ਵਿੱਚੋਂ ਜਿਹੜਾ ਪੱਤਾ ਸੀ ਉਹ ਗਾਇਬ ਕੀਤਾ ਮੈਂ ਖਾਲੀ ਸੀ ਉਹ ਪਹਿਲਾਂ ਸ਼ਾਇਦ ਦਿਖਾਉਣਾ ਭੁੱਲ ਗਿਆ ਸੀ ਇਹ ਪੱਤਾ ਜੜੇ ਦੇ ਵਿੱਚ ਆ ਗਿਆ ਇਹ ਖਾਲੀ ਹੋ ਗਿਆ ਅਸਲ ਦੇ ਵਿੱਚ ਚੀਜ਼ ਹੈ ਜਿਹੜੀ ਗਾਇਬ ਨਹੀਂ ਕੀਤੀ ਜਾ ਸਕਦੀ ਇਹਦੇ ਵਿੱਚ ਇੱਕ ਕਾਰਡ ਕੱਟ ਕੇ ਪਾਇਆ ਹੋਇਆ ਜਿਹੜਾ ਇਸ ਤਰ੍ਹਾਂ ਕਰਕੇ ਜਦੋਂ ਇੱਧਰ ਨੂੰ ਕਰਦੇ ਆ ਤਾਂ ਇਹ نیچے ਆ ਜਾਂਦਾ ਇਸ ਤੋਂ ਬਾਅਦ ਮੈਂ ਉਂਗਲੀ ਦੇ ਨਾਲ ਇਸ ਤਰ੍ਹਾਂ ਇਹਨੂੰ ਸਹਾਰਾ ਦਿੱਤਾ ਇਦਾਂ ਫੜਿਆ ਹੋਇਆ ਸੀ ਤੇ ਅਸਲ ਦੇ ਵਿੱਚ ਇਹ نیچے ਤਾਂ ਜਾਂਦਾ ਜਦੋਂ ਇੱਥੇ ਉਂਗਲੀ ਚੱਕਦੇ ਆ ਜਿਹਨੂੰ ਅਸੀਂ ਕਹਿ ਦਿੰਨਾ ਵੀ ਚੀਜ਼ ਐ ਜਿਹੜੀ ਗਾਇਬ ਕੀਤੀ। ਨਾ ਚੀਜ਼ ਗਾਇਬ ਹੁੰਦੀ ਆ, ਨਾ ਪੈਦਾ ਹੁੰਦਾ। ਉਹ ਬਾਬੇ ਜਿਹੜੀ ਕੋਈ ਲੈ ਚੀ ਕਹਿੰਦੇ ਨੇ ਬਾਹਰੋਂ ਪਭੂਤੀ ਆ ਗਈ, ਲੈ ਚੀ ਆ ਗਈ ਲੋਕਾਂ ਨੂੰ ਦੇ ਦਿੰਦੇ ਨੇ ਵੀ ਤੇੜਾ ਰੋਗ ਠੀਕ ਹੋਜੂ। ਉਹ ਕਿਤੇ ਨਹੀਂ ਆਉਂਦੀ। ਉਹਨਾਂ ਕੋਲੇ ਇਸੇ ਤਰ੍ਹਾਂ ਛੁਪਾਈ ਹੁੰਦੀ। ਤੇ ਇੱਕ ਸਾਡੇ ਲੋਕ ਕਿਸਮਤ ਦੇ ਵਿੱਚ ਬਹੁਤ ਵਿਸ਼ਵਾਸ ਕਰਦੇ ਨੇ ਕਿ ਕਹਿ ਦਿੰਦੇ ਨੇ ਜੋ ਕਿਸਮਤ ਚ ਹੋਊਗਾ, ਉਹਨੂੰ ਰੱਬ ਵੀ ਨਹੀਂ ਬਦਲ ਸਕਦਾ। ਉਸ ਬਾਰੇ ਕੀ ਕਹਿਣਾ ਚਾਹੋਗੇ? ਹਾਂ ਅਸਲ ਦੇ ਵਿੱਚ ਤਰਕਸ਼ੀਲ ਸੋਸਾਇਟੀ ਲੋਕਾਂ ਨੂੰ ਕਿਸਮਤਵਾਦੀ ਫਿਲਾਸਫੇ ਤੋਂ ਕੱਢ ਕੇ ਉਹਨਾਂ ਦੀ ਸੋਚ ਵਿਗਿਆਨਕ ਬਣਾਉਣ ਲਈ ਕੰਮ ਕਰਦੀ ਹੈ ਉਹ ਕਿਸਮਤ ਦਾ ਫਿਲਾਸਫਾ ਜਿਹੜਾ ਕਹਿੰਦਾ ਬੰਦਿਆ ਭਾਜਾ ਜਿੱਥੇ ਜਾਣਾ ਹੈ ਕਿਸਮਤ ਹੈ ਜਿਹੜਾ ਲੇਖ ਤੇਰੇ ਨਾਲ ਹੀ ਜਾਣਗੇ ਜਿਵੇਂ ਪ੍ਰਾਣਿਕ ਖਾਣ ਕਹਾਵਤ ਤੁਰ ਜਾ ਬਰਮਾ ਨੂੰ ਲੇਖ ਜਾਣਗੇ ਨਾਲੇ ਪਰ ਉਹ ਬਰਮਾ ਤਾਂ ਸਾਡੇ ਵਰਗਾ ਜਾਨ ਪਾਕਿਸਤਾਨ ਚਲੇ ਜਾਓ ਲੰਕਾ ਚਲੇ ਜਾਓ ਜਾਂ ਬਰਮਾ ਚਲੇ ਜਾਓ ਉਹ ਤਾਂ ਸਾਡੇ ਵਰਗੇ ਇੱਕ ਗਰੀਬ ਦੇਸ਼ ਨੇ ਪਰ ਜੇ ਅਸੀਂ ਵਿਕਸਤ ਦੇਸ਼ਾਂ ਦੇ ਵਿੱਚ ਜਾਂਦੇ ਜਿਵੇਂ ਹੁਣ ਕੈਨੇਡਾ ਦੇ ਵਿੱਚ 2 ਲੱਖ ਬੱਚਾ ਪੜ੍ਹਾਈ ਕਰ ਰਿਹਾ ਤੇ 2 ਲੱਖ 20-20 ਲੱਖ ਰੁਪਇਆ ਲੈ ਕੇ ਚਲੇ ਗਿਆ ਪੰਜਾਬ ਦਾ ਜਿਹੜਾ ਇੰਨਾ ਪੈਸਾ ਹੈ ਉਹ ਬਾਹਰ ਜਾ ਰਿਹਾ ਹੈ ਕਰੀਮ ਹੈ ਜਿਹੜੀ ਉਹ ਵਾਰ ਜਾ ਰਹੀ ਹੈ ਜੇ ਉੱਥੇ ਜਾਨੀ ਸਹੂਲਤਾਂ ਵੱਧ ਨੇ ਪੈਸਾ ਵੱਧਾ ਉਹਨਾਂ ਦੀ ਕਿਸਮਤ ਵੱਧਦੀ ਹੈ ਤਾਂ ਹੀ ਲੋਕ ਜ਼ਮੀਨਾਂ ਵੇਚ-ਵੇਚ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜ ਰਹੇ ਨੇ ਇੱਥੋਂ ਤੱਕ ਕਿ ਜਿਵੇਂ ਉਮਰ ਹੈ ਜਿਹੜੀ ਆਪਣੀ ਔਸਤ ਉਮਰ ਹੈ ਉਹ 45 ਸਾਲ ਦੀ ਸੀ ਜਦੋਂ ਦੇਸ਼ ਆਜ਼ਾਦ ਹੋਇਆ ਅੱਜ 66 ਸਾਲ ਉਸ ਤੋਂ ਮਰਿਆ ਪਰ ਵਿਕਸਤ ਦੇਸ਼ਾਂ ਦੀ ਜਿਹੜੀ ਉਮਰ ਹੈ ਜਿਹੜੀ 80 ਤੋਂ 90 ਸਾਲ ਦੇ ਵਿੱਚ ਹੈ ਇਹ ਅਸਲ ਦੇ ਵਿੱਚ ਉਮਰ ਵੀ ਵੱਧ ਸਕਦੀ ਹੈ ਜਿੱਦਾਂ ਹੁਣ ਬੱਚੇ ਜਿਹੜੇ ਕੈਨੇਡਾ ਜਾਂਦੇ ਹਨ ਜੇ ਉੱਥੇ ਉਰੇ ਜਿਸ ਬੱਚੇ ਨੇ 70 ਸਾਲ ਜਿਉਣਾ ਹੈ ਉੱਥੇ 80 90 ਸਾਲ 10 20 ਸਾਲ ਉਹਦੀ ਉਮਰ ਵੱਧ ਜਾਊਗੀ ਵਾਤਾਵਰਣ ਖੁਰਾਕ ਦੇ ਮੁਤਾਬਕ ਕਿਉਂਕਿ ਜਦੋਂ ਜਹਾਜ਼ ਦੇ ਵਿੱਚ ਜਿਹੜਾ ਬੰਦਾ ਬੈਠ ਗਿਆ ਬਾਹਰ ਚੱਲਿਆ ਗਿਆ ਉਹਦੀ ਸੁਆਸਾਂ ਦੀ ਪੂੰਜੀ ਹੈ ਜਿਹੜੀ ਉਹ ਵੀ ਵੱਧ ਜਾਂਦੀ ਹੈ ਜਿਹੜੇ ਅਸੀਂ ਵਿਸ਼ਵਾਸ ਕਰਦੇ ਹਾਂ ਵੀ ਉਹ ਜਿੰਨੀ ਲਿਖੀ ਆ ਓਨੀ ਹੀ ਉਭਗਤਣੀ ਆ ਇਸੇ ਤਰ੍ਹਾਂ ਬਹੁਤ ਸਾਰੀਆਂ ਉਦਾਹਰਨਾਂ ਨੇ ਜੇ ਸਾਡੀ ਅਸੀਂ ਕਿਸਮਤਵਾਦੀ ਆ ਜੇ ਸਾਡੇ ਜਿੱਦਾਂ ਐਕਸੀਡੈਂਟ ਹੁੰਦਾ ਅਸੀਂ ਕਹਿੰਦੇ ਆ ਵੀ ਇਹ ਕਰਮਾਂ ਚ ਸੱਟ ਲਿਖੀ ਹੋਈ ਸੀ ਪਿਛਲੇ ਜਨਮਾਂ ਚ ਕੋਈ ਪਾਪ ਕੀਤਾ ਹੋਇਆ ਸੀ ਇਹ ਸੱਟ ਤਾਂ ਲੱਗਣੀ ਓ ਲੱਗਣੀ ਸੀ ਜੇ ਗੱਡੀ ਤੇ ਨਾ ਜਾਂਦੀ ਤਾਂ ਘਰ ਬੈਠੇ ਲੱਗ ਜਾਂਦੀ ਪਰ ਜੀ ਸਾਡੇ ਲੋਕ ਬਹੁਤ ਕਿਸਮਤ ਤੇ ਬਹੁਤ ਵਿਸ਼ਵਾਸ ਕਰਦੇ ਨੇ ਮਿਹਨਤ ਦੇ ਨਾਲੋਂ ਕਿਸਮਤ ਤੇ ਵਿਸ਼ਵਾਸ ਕਰਦੇ ਨੇਗੇ ਤੇ ਸਾਡੇ ਲੋਕਾਂ ਨੂੰ ਵੀ ਸਮਝਣ ਦੀ ਬਹੁਤ ਲੋੜ ਹੈਗੀ ਕਿਉਂਕਿ ਜਿਹੜੇ ਤਾੰਤ੍ਰਿਕ ਹੁੰਦੇ ਨੇਗੇ ਉਹ ਤਾਂ ਭੋਲੇ-ਭਾਲੇ ਲੋਕਾਂ ਨੂੰ ਮੂਰਖ ਬਣਾਉਂਦੇ ਹੀ ਰਹਿੰਦੇ ਨੇਗੇ ਤੇ ਅਸੀਂ ਧੰਨਵਾਦ ਕਰਦੇ ਆਂਗੇ ਰਾਮਕੁਮਾਰ ਜੀ ਦਾ ਜਿਨ੍ਹਾਂ ਨੇ ਕਿ ਇਹ ਜਿਹੜੀਆਂ ਭੋਲੇ-ਭਾਲੇ ਲੋਕਾਂ ਨੂੰ ਮੂਰਖ ਬਣਾ ਰਹੇ ਨੇਗੇ ਉਹਨਾਂ ਦੀਆਂ ਥੋੜੀਆਂ-ਜਿਹੀਆਂ ਟ੍ਰਿਕਾਂ ਸਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈਗੀ ਰਾਮਕੁਮਾਰ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਸੀਂ ਨੇ ਇਹ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈਗੀ ਤੇ ਅਜਿਹੀਆਂ ਹੋਰ ਵੀਡੀਓਜ਼ ਦੇ ਲਈ ਤੁਸੀਂ ਜੁੜੇ ਉਹ ਪਿੰਡੂ نیوز মিডিਆ ਦੇ ਨਾਲ